ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਮਾਰਿਕ AHB ਇੰਡਸਟਰੀ ਈਸਟ ਮੋਹਨ ਨਗਰ ਨੇ ਦੱਸਿਆ ਕਿ ਅੰਮ੍ਰਿਤ ਕੌਰ ਨਾਮ ਦੀ ਔਰਤ ਕੋਲ ਉਸਨੇ ਇੱਕ ਸ਼ੈੱਡ ਕਿਰਾਏ ਤੇ ਲਿੱਤਾ ਸੀ। ਉਸਦਾ ਇਕਰਾਰਨਾਮਾ ਵੀ ਹੋਇਆ ਸੀ। ਅੰਮ੍ਰਿਤ ਕੌਰ ਨੇ ਦੋ ਨਵੰਬਰ ਨੂੰ ਆਪਣੇ ਘਰ ਬਲਦੇਵ ਸਿੰਘ ਨੂੰ ਬੁਲਾਇਆ ਅਤੇ ਉਸ ਕੋਲੋਂ ਬਿਜਲੀ ਦਾ ਬਿੱਲ ਮੰਗਣ ਲੱਗ ਪਏ। ਬਲਦੇਵ ਸਿੰਘ ਨੇ ਜੇਬ ਚੋਂ 50,000 ਰੁਪਇਆ ਕੱਢਿਆ ਅਤੇ 4,000 ਰੁਪਏ ਦਾ ਬਿਜਲੀ ਦਾ ਬਿੱਲ ਦੇ ਦਿੱਤਾ। ਇਸ ਦੇ ਬਾਵਜੂਦ ਵੀ ਅੰਮ੍ਰਿਤ ਕੌਰ ਨੇ ਉਸਨੂੰ ਚਪੇੜਾਂ ਮਾਰੀਆਂ ਅਤੇ ਅਣਪਛਾਤੇ ਬੰਦਿਆਂ ਕੋਲ ਕੁਟਵਾਉਣਾ ਸ਼ੁਰੂ ਕਰ ਦਿੱਤਾ। ਫਿਰ ਬਲਦੇਵ ਸਿੰਘ ਦੀ ਫੈਕਟਰੀ ਲਾਗੇ ਹੋਣ ਕਰਕੇ ਉਸਦੀ ਫੈਕਟਰੀ ਦੇ ਬੰਦੇ ਆਏ ਅਤੇ ਉਸਨੂੰ ਛੁਡਵਾਇਆ। ਅਗਲੇ ਦਿਨ ਜਦੋਂ ਬਲਦੇਵ ਸਿੰਘ ਫੈਕਟਰੀ ਗਿਆ ਤਾਂ ਅੰਮ੍ਰਿਤ ਕੌਰ ਨੇ ਪਹਿਲਾਂ ਹੀ ਫੈਕਟਰੀ ਵਿੱਚ ਆਪਣਾ ਤਾਲਾ ਲਗਾਇਆ ਹੋਇਆ ਸੀ, ਜਿਸ ਕਾਰਨ ਫੈਕਟਰੀ ਬੰਦ ਰਹੀ ਤੇ ਬਲਦੇਵ ਸਿੰਘ ਦਾ ਕਾਫੀ ਨੁਕਸਾਨ ਵੀ ਹੋਇਆ। ਇਸ ਦੇ ਸੰਬੰਧੀ ਬਲਦੇਵ ਸਿੰਘ ਨੇ ਕੋਰਟ ਤੋਂ ਸਟੇ ਆਰਡਰ ਵੀ ਲਿਆ ਹੋਇਆ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਅੰਮ੍ਰਿਤ ਕੌਰ ਨੇ ਬਿਜਲੀ ਦਾ ਕਨੈਕਸ਼ਨ ਵੀ ਕਟਵਾ ਦਿੱਤਾ। ਜਦੋਂ ਬਲਦੇਵ ਸਿੰਘ ਆਰਡਰ ਦੀ ਕਾਪੀ ਲੈ ਕੇ ਪੁਲਿਸ ਪ੍ਰਸ਼ਾਸਨ ਕੋਲ ਗਿਆ ਤਾਂ ਉਸਦੀ ਕੋਈ ਸੁਣਵਾਈ ਨਹੀਂ ਕੀਤੀ। ਗੱਲ ਇਹ ਕਿ ਮੈਂ ਅੰਮ੍ਰਿਤ ਕੌਰ ਉਰਫ ਸਿੰਮੀ ਬਾਬਾ ਤੋਂ ਮੈਂ ਸ਼ੈੱਡ ਕਿਰਾਏ 'ਤੇ ਲਈ ਹੋਈ ਸੀਗੀ। ਉਹਨਾਂ ਨੇ ਦੀਵਾਲੀ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਝਗੜਾ ਕੀਤਾ ਬਿਜਲੀ ਦੇ ਬਿੱਲ ਤੋਂ। ਸਵੇਰੇ ਮੈਂ ਫੈਕਟਰੀ ਜਾ ਕੇ ਖੋਲ੍ਹੀ ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਬਿਜਲੀ ਦਾ ਬਿੱਲ ਦਿਓ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਅੱਜ ਮੈਂ ਸ਼ਾਮ ਨੂੰ ਜਾਂ ਸਵੇਰੇ ਮੈਂ ਤੁਹਾਨੂੰ ਬਿੱਲ ਦੇਵਾਂਗਾ। ਸ਼ਾਮ ਨੂੰ ਸਵੇਰੇ ਦਾ ਬੱਤੀ ਚਾਲੂ ਕਰਕੇ ਸ਼ਾਮ ਨੂੰ ਮੈਂ ਕੰਮ ਕਰਦਾ ਰਿਹਾ। ਸ਼ਾਮ ਨੂੰ ਇਹਨਾਂ ਨੇ ਮੈਨੂੰ ਸੱਦਿਆ, ਇਹਨਾਂ ਦੀ ਪਤਨੀ ਅੰਮ੍ਰਿਤ ਕੌਰ ਉਹ ਬਾਵਾ ਸਿੰਮੀ ਹੈ, ਉਹਨਾਂ ਨੇ ਮੈਨੂੰ ਸੱਦਿਆ ਅਤੇ ਉਹਨਾਂ ਨੇ ਮੇਰੇ ਨਾਲ ਝਗੜਾ, ਉਹਨਾਂ ਨੇ ਅਣਪਛਾਤੇ ਬੰਦੇ ਉੱਥੇ ਸੱਦੇ ਸੱਦ ਕੇ ਅਤੇ ਮੈਨੂੰ ਕਿਹਾ ਵੀ ਬਿੱਲ ਦਿਓ। ਮੈਂ ਉਹਨਾਂ ਨੂੰ ਕਿਹਾ ਵੀ ਬਿੱਲ ਮੈਂ ਦੇ ਦਿੰਦਾ ਤੁਹਾਨੂੰ, ਅਤੇ ਮੈਂ ਆਪਣੀ ਜੇਬ ਵਿੱਚੋਂ ਕੱਢੇ 50,000 ਰੁਪਇਆ ਸੀਗਾ ਮੇਰੇ ਕੋਲ, 4,000 ਰੁਪਇਆ ਕੱਢ ਕੇ ਮੈਂ ਉਹਨਾਂ ਨੂੰ ਬਿੱਲ ਦਿੱਤਾ। ਬਾਕੀ ਉਹਨਾਂ ਨੇ ਮੇਰੇ ਕੋਲ ਸਾਰੀ ਰਕਮ ਖੋਹ ਲਈ। ਮੇਰੇ ਕਾਰੀਗਰ ਜਿਹੜਾ ਕਾਰੀਗਰ ਆਏ ਉਹਨਾਂ ਨੇ ਮੈਨੂੰ ਛਡਾਇਆ, ਛਡਾ ਕੇ ਅਤੇ ਇਹਨਾਂ ਨੇ ਮੈਨੂੰ ਚਪੇੜਾਂ ਵੀ ਮਾਰਿਆ, ਬਹੁਤ ਧੱਕਾ ਮੁੱਕੀ ਕੀਤਾ, ਬਹੁਤ ਯਾਨੀ ਮਾਰਿਆ, ਥੱਲੇ ਮੈਨੂੰ ਇਹਨਾਂ ਨੇ ਨੱਪ ਲਿਆ ਅਤੇ ਮੈਨੂੰ ਉਹ ਮੇਰੇ ਕਾਰੀਗਰਾਂ ਨੇ ਬਚਾ ਕੇ ਮੈਨੂੰ ਇੱਥੋਂ ਕੱਢ ਕੇ ਅਤੇ ਲੈ ਗਏ। ਇਸ ਸੰਬੰਧੀ ਜਦੋਂ ਪੱਤਰਕਾਰਾਂ ਨੇ ਥਾਣਾ ਬੀ ਡਿਵੀਜ਼ਨ ਦੇ ASI ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ ਅਤੇ ਬਣਦੀ ਕਾਰਵਾਈ ਕਰਕੇ ਇਨਸਾਫ ਦਿੱਤਾ ਜਾਵੇਗਾ। ਮੈਂ ਪੜਤਾਲ ਕਰ ਰਿਹਾ, ਤਸਦੀਕ ਕਰ ਰਿਹਾ, ਪਰ ਅੰਮ੍ਰਿਤਸਰ ਤੋਂ ਸਨੀ ਸੋਕਾ ਜੀਵੇ ਪੰਜਾਬ ਲਈ।